ਜ਼ਿਲ੍ਹੇ ਵਿੱਚ ਇੰਡਸਟਰੀ ਗਰੋਥ ਸੈਂਟਰ ਹੋਣ ਦੇ ਬਾਵਜੂਦ ਅਜੇ ਵੀ ਇਹ ਇੰਡਸਟਰੀ ਗਰੋਥ ਸੈਂਟਰ ਸੰਤਕਾਰਾਂ ਦੀ ਉਡੀਕ ਵਿੱਚ ਹੈ, ਜਦਕਿ ਦੂਜੇ ਪਾਸੇ ਜ਼ਿਲ੍ਹੇ ਵਿੱਚ ਚੱਲ ਰਹੇ ਕ੍ਰੈਸ਼ਰ ਇੰਡਸਟਰੀ ਤਬਾਹ ਹੋਣ ਦੇ ਨੇੜੇ ਹੈ। ਅਜਿਹੇ ਵਿੱਚ ਸੂਬਾ ਸਰਕਾਰ ਵੱਲੋਂ ਮਾਈਨਿੰਗ ਪਾਲਿਸੀ ਬਣਾਏ ਜਾਣ ਦੇ ਫੈਸਲੇ ਦੇ ਬਾਅਦ ਕ੍ਰੈਸ਼ਰ ਇੰਡਸਟਰੀ ਨਾਲ ਜੁੜੇ ਲੋਕਾਂ ਵਿੱਚ ਮੁੜ ਆਸ ਜਾਗੀ ਹੈ ਕਿ ਸ਼ਾਇਦ ਉਹਨਾਂ ਦੇ ਦਿਨ ਮੁੜ ਪਰਤਣਗੇ। ਦੱਸਦੇ ਚੱਲੀਏ ਕਿ ਚੋਣਾਂ ਦੌਰਾਨ ਸੂਬਾ ਸਰਕਾਰ ਵੱਲੋਂ ਮਾਈਨਿੰਗ ਪਾਲਿਸੀ ਬਣਾ ਲੋਕਾਂ ਨੂੰ ਸਸਤੀ ਰੇਤ ਬਜਰੀ ਮੁਹੱਈਆ ਕਰਵਾਉਣ ਦਾ ਨਾਇਰਾ ਦਿੱਤਾ ਗਿਆ ਸੀ, ਜਿਸ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੰਦੇ ਹੋਏ ਕਾਂਗਰਸ ਸੂਬੇ ਵਿੱਚ ਹਾਕਮ ਧਿਰ ਵਜੋਂ ਸਨਮਾਨਿਤ ਕੀਤਾ। ਅਜਿਹੇ ਵਿੱਚ ਚਾਹੇ 2 ਸਾਲ ਬਾਅਦ ਹੀ ਸਹੀ ਸੂਬਾ ਸਰਕਾਰ ਵੱਲੋਂ ਮਾਈਨਿੰਗ ਪਾਲਿਸੀ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਅਤੇ ਜਲਦ ਹੀ ਕ੍ਰੈਸ਼ਰ ਇੰਡਸਟਰੀ ਨੂੰ ਮੰਦੀ ਤੋਂ ਬਾਹਰ ਕੱਢਣ ਲਈ ਕਦਮ ਚੁੱਕੇ ਜਾਣਗੇ। ਕ੍ਰੈਸ਼ਰ ਇੰਡਸਟਰੀ ਦੀ ਮੰਦਹਾਲੀ ਦੇ ਚਲਦੇ ਸੂਬੇ ਦੇ ਜੇਲ੍ਹ ਮੰਤਰੀ ਨਾਲ ਇਸ ਬਾਰੇ ਨਿਊਜ਼ ਨੰਬਰ ਦੀ ਟੀਮ ਨੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਾਈਨਿੰਗ ਪਾਲਿਸੀ ਤਿਆਰ ਕਰ ਲਈ ਗਈ ਹੈ ਜਿਸ ਨੂੰ ਜਲਦ ਹੀ ਲਾਗੂ ਕਰ ਦਿੱਤਾ ਜਾਵੇਗਾ ਅਤੇ ਪਾਲਿਸੀ ਲਾਗੂ ਹੋਣ ਦੇ ਬਾਅਦ ਜਿੱਥੇ ਕ੍ਰੈਸ਼ਰ ਇੰਡਸਟਰੀ ਨੂੰ ਫਾਇਦਾ ਹੋਵੇਗਾ ਉੱਥੇ ਹੀ ਸੂਬੇ ਦੇ ਲੋਕਾਂ ਨੂੰ ਵੀ ਘੱਟ ਰੇਟ ਤੇ ਰੇਤ ਬਜਰੀ ਮੁਹੱਈਆ ਕਰਵਾਈ ਜਾਵੇਗੀ। ਜੇ ਉਹ ਹੀ ਕੰਮ ਹੋਣਾ ਹੁੰਦਾ ਤੇ ਅਸੀਂ ਇਹ ਸਾਲ ਚ ਲੁੱਟ ਨਹੀਂ ਸੀ ਮਚਾ ਸਕਦੇ। ਇਸੇ ਲਈ ਪਾਲਿਸੀ ਜਿਹੜੀ ਆ ਉਹਨੂੰ ਟਾਈਮ ਲੱਗਿਆ, ਇਹ ਬਿਲਕੁਲ ਟ੍ਰਾਂਸਪਰੈਂਸੀ ਹੋਏਗੀ, ਕਿਸੇ ਦਾ ਉਹਦੇ 'ਚ ਕੋਈ ਲੈਣ ਦੇਣ ਨਹੀਂ ਹੋਏਗਾ। ਔਰ ਜਿਹੜੀ ਆ ਕੋਈ ਵੀ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ 'ਚ ਰੇਤ ਦਾ ਰੇਟ ਡਾਊਨ ਵੀ ਹੋਇਆ ਔਰ ਹੋਰ ਰੇਟ ਜਿਹੜੀ ਕੈਪਟਨ ਸਾਹਿਬ ਨੇ ਪਾਲਿਸੀ ਬਣਾਈ ਹੈ ਇਹ ਸਾਰਿਆਂ ਨੂੰ ਐਕਸੈਪਟੇਬਲ ਆ ਔਰ ਬੜੀ ਸੋਚ ਸਮਝ ਤੋਂ ਬਾਹਰ ਬਣਾਈ ਹੈ।